ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਪਹੁੰਚੇ ਹਾਂ ਪਿੰਡ ਲੌਕਾ। ਲੌਕਾ ਪਿੰਡ ਦੋਸਤੋ ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਦਾ ਪਿੰਡ। ਪੱਟੀ ਤੋਂ ਕੋਈ 6-7 ਕਿਲੋਮੀਟਰ ਦੀ ਦੂਰੀ ਹੈਗੀ ਹੈ ਦੋਸਤੋ ਪਿੰਡ ਲੌਕੇ ਦੀ, ਅਤੇ ਕੈਰੋਂ ਬਿਲਕੁਲ ਨਜ਼ਦੀਕ ਪਿੰਡ ਹੈਗਾ ਦੋਸਤੋ। ਕੋਈ 1.5 ਕਿਲੋਮੀਟਰ ਦੀ ਦੂਰੀ ਆ, ਨਾਲ ਲੱਗਦਾ ਪਿੰਡ ਕੈਰੋਂ ਆ, ਅਤੇ ਆਨੰਦਪੁਰ ਵੀ ਦੋਸਤੋ ਇੱਥੋਂ ਥੋੜ੍ਹੀ ਦੂਰੀ 'ਤੇ ਹੈਗਾ। ਵੀਰ ਸੋਨੂ ਦੇ ਕੋਲ ਆਏ ਹਾਂ ਦੋਸਤੋ, ਪਸ਼ੂ ਵਪਾਰ ਦਾ ਕੰਮ ਆ। ਇਸੇ ਤਰ੍ਹਾਂ ਪਸ਼ੂ ਡੇਲੀ ਰੂਟੀਨ ਦੇ ਵਿੱਚ ਆਉਂਦੇ ਆ। ਪਹਿਲਾਂ ਵੀ ਆਪਾਂ ਇਸ ਘਰੋਂ ਕੋਈ 2-4 ਵੀਡੀਓ ਜਿਹੜੀਆਂ ਦੋਸਤੋ ਵਿਖਾਈਆਂ ਨੇ, ਤੁਹਾਨੂੰ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ। ਅਤੇ ਜ਼ਿਆਦਾਤਰ ਮੱਝਾਂ ਆਉਂਦੀਆਂ, ਵਿਹੜਾਂ ਵੀ ਆਉਂਦੀਆਂ, ਅਤੇ ਜ਼ਿਆਦਾਤਰ ਮੱਝਾਂ ਆਉਂਦੀਆਂ ਇਸ ਘਰ। ਸੋ 2 ਜਿਹੜੀਆਂ ਝੋਟੀਆਂ ਨੇ, ਇਹ ਗੱਭਣ ਆ, ਬਾਕੀ ਪੂਰੀ ਡਿਟੇਲ ਆਪਾਂ ਵੀਰ ਸੋਨੂ ਤੋਂ ਲੈ ਲੈਂਦੇ ਹਾਂ। ਸੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ। ਸਭ ਤੋਂ ਪਹਿਲਾਂ ਵੀਰ ਸੋਨੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ, ਠੀਕ ਠਾਕ ਵੀਰ ਜੀ? ਹਾਂਜੀ ਵਧੀਆ, ਬਹੁਤ ਵਧੀਆ ਭਾਅ ਜੀ। ਅੱਛਾ ਵੀਰ, ਸੋਨੂ ਕਿੱਦਾਂ ਚੱਲੀ ਜਾਂਦੇ ਕੰਮ ਕਰਦੇ? ਹਾਂਜੀ ਬਹੁਤ ਜੀ, ਕਿਰਪਾ ਪਰਮੇਸ਼ਰ ਦੀ। ਚਲੋ ਸ਼ੁਕਰ ਹੈ ਵੀਰ ਮਾਲਕ ਦਾ। ਅਤੇ ਅੱਜ ਵੀਰ ਸੋਨੂ ਆਪਣੇ 2 ਗੰਭਣਾ ਝੋਟੀਆਂ, ਇੱਕ ਦਿਨ 8 ਕੇ ਖੜਦੀ, ਇੱਕ ਅੱਜ ਭਲਕ ਸੂਣ ਵਾਲੀ ਰਾਤ। ਠੀਕ ਹੈ ਜੀ। ਹਾਂਜੀ ਠੀਕ ਆ। ਅਤੇ ਬਾਕੀ 2 ਗੱਭਣਾ ਦੋਸਤੋ ਤੇ ਆ ਗਈ ਆਪਣੇ ਕੋਲ। ਹਾਂਜੀ, ਇਹ ਝੋਟੀ ਕਿਵੇਂ ਆ ਜੀ? ਪਹਿਲਣੀ ਆ? ਸੋਨੇ ਖੋਈ ਖੋਲੀ। ਠੀਕ, ਇਹ ਝੋਟੀ ਪਹਿਲਣੀ ਆ ਜੀ? ਇਹ ਝੋਟੀ ਭਾਅ ਜੀ ਪਹਿਲਣੀ ਆ, 8-10 ਦਿਨ ਖੜਦੀ ਆ। ਓਕੇ। ਅਤੇ ਮੂੰਹਾਂ ਚੌਗੀ 4, ਇਹ ਆਈ ਆ ਮਾੜੇ ਘਰੋਂ ਪੱਠੇ, ਤੇ ਜੋ ਕੱਲ ਦੀ ਆਈ ਨੇ ਨਾ ਖੁਰਲੀ ਤੋਂ ਮੂੰਹ ਨਹੀਂ ਭਾਅ ਜੀ ਚੁੱਕਿਆ। ਅੱਛਾ ਜੀ, ਲਓ ਜੀ ਦੋਸਤੋ ਕਰੋ ਚੈੱਕ। ਮੂੰਹੋਂ ਚੌਗੀ 4 ਦਾ ਵੀਰ ਦੱਸ ਰਿਹਾ। ਸਿੰਗੀ ਸੁੰਗੀ ਵੀ ਸੋਹਣੀ ਆ, ਸਕੀਨੀ ਵਾਲੇ ਪਾਸਿਓਂ ਵੀ ਪੂਰੀ ਆ ਪ੍ਰੋਪਰ। ਅਤੇ ਨੋਰਮਲ ਕਈ ਨਾ ਦੋਸਤੋ, ਨੋਰਮਲ ਸੇਵਾ ਦੇ ਵਿੱਚੋਂ ਪਸ਼ੂ ਨਿਕਲਦੇ ਆ, ਬਾਕੀ ਅੱਗੇ ਕੋਈ ਚੰਗੀ ਸਾਂਭ ਸੰਭਾਲ ਖਰੀਦਦਾਰ ਵੀ ਮਿਲ ਗਿਆ ਅਤੇ ਹੋਰ ਵੀ ਤੁਸੀਂ ਰਾਜ਼ੀ ਕਰ ਲਓਗੇ। ਬਾਕੀ ਝੋਟੀ ਸਾਫ਼ ਸੁਥਰੀ ਆ, ਥੱਲੇ ਭਾਂਡੇ ਦੀ ਬਹੁਤ ਸੋਹਣੀ ਆ, ਵੇਖੋ ਜੀ। ਲਓ ਜੀ, ਝੋਟੀ ਚੰਗੀ ਹੈ, ਬਿਲਕੁਲ ਛੋਟੇ ਜਿਹੇ ਸਿੰਘ, ਅਤੇ ਸੂਬਾ ਪਹਿਲਾਂ ਸੂਗੀ ਇਹ ਝੋਟੀ। ਹਾਂ ਬਹੁਤ ਚੰਗੀ ਆ ਜੀ, ਬਾਕੀ ਚਾਰੂ ਬਹੁਤ ਆ। ਠੀਕ ਹੈ ਜੀ। ਅੱਛਾ ਸੋਨੂ ਵੀਰ, ਫਿਰ ਇਹਦਾ ਮੁੱਲ ਕੀ ਰੱਖਿਆ ਜੇ? ਮੁੱਲ ਭਾਅ ਜੀ ਦਾ ਭਾਵੇਂ ਕਰਾਉਣ ਨੂੰ 85 ਕਰਾ ਲਓ, 80 ਕਰਾ ਲਓ, 75,000 ਰੁਪਏ ਦੀ ਆਪਾਂ ਮੈਂ ਦੇ ਦਿਆਂਗੇ। 75 ਦੀ? ਹਾਂਜੀ 75 ਦੀ ਲੈਣ ਦੇਣਗੇ ਵਿੱਚੋਂ, ਹੋ ਜੂ ਨਹੀਂ ਹੋ ਜੂ ਮਾਨ ਤਾਨ ਬੰਦਿਆਂ ਦਾ ਹੋ ਜੂਗਾ। ਠੀਕ ਹੈ ਜੀ। ਹਾਂਜੀ, ਝੋਟੀ ਬਹੁਤ ਚੰਗੀ, ਪਿਓਰ ਮੋਰਾ, ਬੜਾ ਸਿੰਘ ਸੁੰਘ ਸੋਹਣਾ, ਚਾਰੂ ਬੜੀ ਆ। ਠੀਕ ਆ ਜੀ, ਠੀਕ ਆ। ਇਹ ਜਿਹੜਾ 8 ਕੁ ਦਿਨ ਬੰਦਾ ਸੇਵਾ ਕਰ ਲਏ, ਭਾਵੇਂ ਜਿਹੜੀ ਰੁੱਤ ਆਉਂਦੀ ਆ ਉਹ ਰੁੱਤ 'ਚ ਭਾਵੇਂ 80-85,000 ਦੀ ਝੋਟੀ ਵਿਕ ਜੇ। ਠੀਕ ਆ ਜੀ। ਹਾਂਜੀ, ਥਣ ਥੁਣ ਬੜਾ ਸੋਹਣਾ। ਬਿਲਕੁਲ। ਲਓ ਦੋਸਤੋ, ਹੱਥੀ ਜਵਾਈ ਦਾ ਥਾਣਾ, ਮੁੱਠੀ ਮੁੱਠੀ ਥਾਣਾ। ਬਾਕੀ ਅੱਜ ਦਾ ਰੇਟ ਤੁਹਾਨੂੰ ਦੱਸ ਹੀ ਦਿੱਤਾ ਵੀ 75,000 ਆ, ਬਾਕੀ ਮੌਕੇ 'ਤੇ ਥੋੜ੍ਹਾ ਬਹੁਤਾ ਮਾਨ ਤਾਨ ਜਿਹੜਾ ਦੋਸਤੋ ਜਿੰਨੀ ਕੁ ਗੁੰਜਾਇਸ਼ ਹੋਊਗੀ ਵਿੱਚੋਂ ਛੋਟ ਛੱਪੇ ਦੀ, ਉਹ ਮਾਨ ਤਾਨ ਹੋ ਜੂਗਾ ਕਿਸੇ ਵੀਰ ਦੇ ਘਰ ਆਇਆਂ ਦਾ। ਬਾਕੀ ਤਿੱਪਣ ਭਾਰ ਪਿੱਛੇ ਦੀ ਆਪਣੀ ਗਰੰਟੀ ਤਸੱਲੀ ਹੈ? ਪਿੱਛੇ ਦੀ ਫੁੱਲ ਗਰੰਟੀ ਜੀ, ਭਾਰ ਦੀ ਵੀ ਫੁੱਲ ਗਰੰਟੀ ਆਪਣੀ, ਫੁੱਲ ਬਟਾ ਫੁੱਲ। ਠੀਕ ਹੈ ਜੀ। ਹਾਂਜੀ ਠੀਕ, ਟਿੱਪਣ ਵੀ ਭੌਂਗਰ ਗਈ ਪੋਲੀ, ਭਾਰ ਦੀ ਪਿੱਛਾ ਵਿਖਾਵੇ ਕੋਈ ਮਾੜਾ ਮੋਟਾ ਵੀ ਉੱਤੇ ਰੱਖੇ, ਆਪਣੀ ਜ਼ਿੰਮੇਵਾਰੀ ਆ। ਠੀਕ ਹੈ ਵੀਰ। ਬਾਕੀ ਦੋਸਤੋ, ਇੱਕ ਤੀਜੇ ਨੰਬਰ 'ਤੇ ਆਪਾਂ ਤੁਹਾਨੂੰ ਇੱਕ ਜਿਹੜੀ ਆਹ ਝੋਟੀ ਦਿਖਾਉਣੀ ਹੈ, ਇਹ ਵੀ ਸੂਬਾ ਕਿਨਵਾ ਦੂਜਾ ਜੀ? ਇਹ ਜੀ ਦੂਜੇ ਆ। ਇਹ ਤਾਂ ਸੋਨੂ ਵੀਰ, ਇਹ ਵੀ ਗੱਭਣੀ ਹੈ ਨਾ ਝੋਟੀ? ਇਹ ਬਸ ਜੀ ਅੱਜ ਭਲਕ ਆ ਜੀ, ਤਿਆਰੀ 'ਤੇ ਹੀ ਹੈ ਫਿਰ? ਹਾਂ ਸੋਨੇ ਫੜੀ ਲੈ ਵੀਰ, ਬਿਲਕੁਲ ਹੌਲੀ ਹੌਲੀ ਲੈ ਬਾਈ, ਸੋਨੇ ਤੋਰਦੇ ਹਾਂ ਵੀਰ। ਤਿਆਰ ਕਰਮ ਵਾਲੀ ਹੈ, ਤਿਆਰੀ 'ਤੇ ਪੂਰੀ, ਬਾਕੀ ਤੁਹਾਨੂੰ ਦਿਖਾਉਣਾ ਤੋਰ ਕੇ ਤਸੱਲੀ ਦੇ ਨਾਲ। ਵੇਖੋ ਜੀ ਥਣ ਭਾਂਡਾ, ਵਿਰਲਾ ਵੁਰਲਾ ਚੈੱਕ ਕਰੋ ਮੇਰਾ ਵੀਰ, ਅਤੇ ਕੱਦ ਬੇਸ਼ੱਕ ਕੋਈ ਵੀਰ ਮੀਡੀਅਮ ਮੰਨ ਲਏ, ਬਿਲਕੁਲ ਪਤਲੇ ਪਿੰਡੇ ਦੀ ਆ, ਐਨ ਕਾਗਜ਼ ਵਰਗੀ ਚਮੜੀ ਆ ਦੋਸਤੋ। ਬਾਕੀ ਥਣ ਭਾਂਡਾ ਬਹੁਤ ਹੌਲੀ ਹੌਲੀ, ਹਾਂ ਲਓ ਜੀ ਠੀਕ ਆ। ਸੋ ਬਟਨ ਬੁਟਨ ਵੀ ਉਸੇ ਤਰ੍ਹਾਂ ਲੇਵੇ 'ਤੇ ਲੱਗੇ ਆ, ਹਾਂ ਲਓ ਰੋਕ ਲਈਏ ਇੱਥੇ ਵੀਰ, ਰੋਕ ਲਓ। ਹਾਂ ਠੀਕ ਆ।
ਸੋ ਸਿੰਗੀ ਸੁੰਗੀ ਬਹੁਤ ਸੋਹਣੀ ਆ, ਵੇਖੋ ਛੋਟੇ ਜਿਹੇ ਸਿੰਘ ਆ, ਝੋਟੀ ਇੱਕ ਪਹਿਲਾਂ ਵੀ ਦਿਖਾਈ ਆ ਦੋਸਤੋ, ਪਹਿਲੇ ਸੂਬੇ ਜਿਹੜੀ ਸੋਹਣੀ ਆ, ਬਿਲਕੁਲ ਫੇਸ ਕੁਆਲਿਟੀ ਵਾਲੇ ਪਾਸੇ ਉਹਦੇ ਵਰਗੀ ਆ, ਕੋਈ ਜਜਮੈਂਟ ਨਹੀਂ ਕਰੂਗਾ ਵੀਰ, ਉਹ ਵੀ ਇਸੇ ਤਰ੍ਹਾਂ ਦੀ ਫੇਸ ਕੁਆਲਿਟੀ ਆ, ਕੱਦਕਾਠ ਵੀ ਉਸੇ ਤਰ੍ਹਾਂ ਦਾ, ਇਹ ਭਾਰੀ ਆ, ਵਜਨ ਵੁਜਨ ਇਹਦੇ ਵੱਲ ਵੇਖੀਏ ਦੋਸਤੋ ਤਾਂ ਇਹ ਭਾਰੀ ਆ, ਬਾਕੀ ਥਣ ਭਾਂਡੇ ਵੀ ਬਹੁਤ ਸੋਹਣੇ, ਇੱਕੋ ਜਿਹੇ ਵਿਖਾ ਲਏ ਆ ਦੋ ਝੋਟੀਆਂ ਦੇ, ਵੈਸੇ ਇਹ ਤਿਆਰੀ 'ਤੇ ਆ, ਉਹ 10 ਕੁ ਹਜੇ 8 ਕੁ ਦਿਨ ਕੱਢਦੀ ਆ, ਹੌਲੀ ਹੌਲੀ ਸੁਣ ਲਓ ਜੀ, ਬਾਕੀ ਥਣ ਭਾਂਡੇ ਵਾਲੇ ਪਾਸੇ ਪੂਰੀ ਖਬਰਦਾਰ ਆ ਕਰਮ ਵਾਲੀ, ਅਤੇ ਵਿਰਲਾਂ ਜਿਹੜੀਆਂ ਦੋਸਤੋ ਚੱਪੇ ਚੱਪੇ ਦੇ ਥਾਣ ਆ, ਠੀਕ ਆ ਜੀ, ਚੌਂ ਥਾਣਾਂ ਦੀ ਤੁਸੀਂ ਵੇਖੋ ਸਪੇਸ, ਵੰਡ ਵੁੰਡ ਕਾਫੀ ਸੋਹਣੀ, ਬਾਹਰ ਕੱਢ ਦੇ, ਹਾਂ ਬਾਹਰ ਹੀ, ਹਾਂਜੀ ਬਾਹਰ ਹੀ ਡਾਕਟਰ, ਉਹ ਨਾ ਲਾਈਟ ਨਹੀਂ ਨਾ ਹੈਗੀ, ਹਾਂ ਇਹ ਤਾਂ ਭਾਅ ਜੀ ਕੱਟੀ ਬਹੁਤ ਹੀ ਚੰਗੀ ਆ, ਜਿਹਨੂੰ ਸਿਰਾ ਕਹਿੰਦੇ ਆ ਸੋਨੂੰ, ਹੈ ਨਾ ਵੀਰ, ਹਾਂਜੀ ਸਿਰਾ ਜੀ, ਸਿਰਾ ਉੱਨੀ ਉੱਤੋਂ ਉੱਨੀ ਥੱਲਿਓ, ਹਾਂ ਇਹ ਬਿਲਕੁਲ ਭਲਵਾਨਾਂ ਵਾਂਗੂ ਤੁਰਦੀ ਆ ਕਰਮਾਂ ਵਾਲੀ, ਥਣ ਭਾਂਡੇ ਵਾਲੇ ਪਾਸਿਓਂ ਦੋਸਤੋ ਮੈਂ ਜ਼ਿਕਰ ਕਰਤਾ ਵੀ ਪਹਿਲਾਂ ਹੀ ਖਬਰਦਾਰ ਆ ਪੂਰੀ ਕਰਮਾਂ ਵਾਲੀ, ਪੂਰੀ ਤਿਆਰੀ 'ਤੇ ਆ, ਵੀ ਸਮਾਂ ਅੱਜ ਭਲਕ, ਅੱਜ ਭਲਕ ਹੋ ਸਕਦਾ ਰਾਤ ਤੱਕ ਜਾਂ ਮੋਰਨਿੰਗ ਸੁਬਾਹ ਤੱਕ ਸੂਪੇ, ਬਾਕੀ ਸਿੰਗੀ ਸੁੰਗੀ ਵੇਖੋ ਦੋਸਤੋ ਪੂਰੀ ਸ਼ਾਨਦਾਰ ਕੁਆਲਿਟੀ, ਐਂ ਲਓ ਇਹ ਪਿਓਰ ਮੋਰਾ ਜੀ, ਇੱਕ ਵਾਲ ਵੀ ਚਿੱਟਾ ਨਹੀਂ ਉਹਦਾ, ਅੱਛਾ ਅੱਛਾ ਪੂਛ ਮਗਰ ਹੈਗੀ ਕੋਈ ਗਿੱਠ ਕੇ ਚੱਪਾ, ਹਾਂ ਉਹਨਾਂ ਚੱਪਾ ਹੈਗੀ, ਉਹ ਚੱਪਾ ਤੁਹਾਨੂੰ ਪਤਾ 4 ਇੰਚੀ ਆਮ ਹੋ ਜਾਂਦੀ, ਲਓ ਦੋਸਤੋ ਸੋਹਣੇ ਜੁੱਸੇ ਦੇ ਵਿੱਚ ਆ, ਭਾਰਾ ਪੇਟ, ਅਤੇ ਬਾਕੀ ਸੰਭੀ ਸੁੰਭੀ ਜਿੰਨੀ ਕੱਦ ਕਾਠੀ ਆ ਚੰਗੀ ਸੰਭੀ, ਅੱਗੇ ਕੋਈ ਚੰਗਾ ਖਰੀਦਦਾਰ ਕੋਈ ਦੋਸਤੋ ਲੈ ਜਾਂਦਾ, ਸੋਹਣੀ ਸੇਵਾ ਕਰ ਲਉਂਗੇ, ਦੁੱਧ ਵੀ ਚੰਗਾ ਭਰੂਗੀ, ਬਾਕੀ ਸਿਹਤ ਵਾਲੇ ਪਾਸਿਓਂ ਵੀ ਕੋਈ ਵੀਰ ਹੋਰ ਰਾਜ਼ੀ ਕਰ ਲੂਗਾ, ਅਤੇ ਬਾਕੀ ਚੰਗੀ ਸੋਹਣੀ ਕੁਆਲਿਟੀ ਦੀ ਇਹ ਝੋਟੀ ਵੀਰ ਦੇ ਕੋਲ ਆ, ਪਸ਼ੂ ਆਲਮੋਸਟ ਦੋਸਤੋ ਸਾਰੇ ਚੰਗੇ ਆ, ਬਾਕੀ ਕੋਈ ਵੀਰ ਇੱਥੇ ਆਣ ਕੇ ਆਪਣੀ ਨਰਖ ਪਰਖ ਕਰਿਓ, ਤਸੱਲੀ ਕਰਿਓ, ਜਿਹੜਾ ਗੱਭਣ ਪਸ਼ੂ ਲੈ ਕੇ ਜਾ ਰਿਹਾ ਚੌਂ ਥਣਾਂ ਦੀ ਆਪਣੀ ਤਿੱਪ ਕੇ ਚੰਗੀ ਤਰ੍ਹਾਂ ਭਰਾ ਕੇ ਕੋਈ ਪਾਈਆ ਖੰਡ ਬੌਲਾ ਦੋਸਤੋ ਫਿਰ ਲੈ ਕੇ ਜਾਇਓ, ਜਿਹੜੀ ਸੂਈ ਸਵਾਈ ਉਹ ਤਾਂ ਤੁਸੀਂ ਤਸੱਲੀ ਕਰ ਹੀ ਲੈਣੀ ਆ, ਦੋ ਡੰਗ ਚੋਲੋ, 4 ਟਾਈਮ ਚੋਲੋ। ਅੱਛਾ ਸੋਨੂੰ ਵੀਰ, ਇਸ ਝੋਟੀ ਦੀ ਮੰਗ ਕੀ ਕਰਦੇ ਆ, ਡਿਮਾਂਡ ਕੀ ਕਰਦੇ ਭਰਾ? ਮੰਗ ਤਾਂ ਜੀ ਕਰਦਾ 1,25,000 ਮੰਗ ਲਈਏ, ਜਿੱਡੀ ਪਿਆਰੀ ਅਤੇ ਜੋ ਅੰਗ ਲੱਗੇ ਨੂੰ, ਅੱਛਾ ਆਪਾਂ 95 ਦੇ ਦਈਏ ਸੰਧੂ ਸਾਹਿਬ, ਬਿਲਕੁਲ ਜਾਇਜ਼ ਕਸਰ ਨਹੀਂ ਕੱਢ ਦਈਏ ਕਿ 95 ਵੀ ਨਾ ਕਰੀਏ, ਜੋ ਫਿਰ ਮਾਨ ਤਾਨ ਕਰਾਉਣਾ ਉਹ ਕਹਿ ਕੇ ਕਰਾ ਲਿਓ, ਹੋਰ ਕੀ ਆ। ਅੱਛਾ ਜੀ, ਖਰੀਦਦਾ ਇਹ ਤੁਹਾਡੀ ਗੱਲ ਰੁਕਦੀ, 11-12 ਕਿਲੋ ਨੇ ਪਹਿਲੇ ਸੂਏ ਨੇ ਦਿੱਤਾ, ਇਹ ਬੰਦੇ ਉਧਰੋਂ ਔਂਸਰਾਂ ਝੋਟੀਆਂ ਲਿਆਏ ਸਹਾਰ ਵੱਲੋਂ। ਅੱਛਾ ਜੀ, ਅਤੇ ਉਹੋ ਜਿਹੀ ਉਹਨਾਂ ਦੇ ਨਾ ਕੋਈ ਪ੍ਰੋਬਲਮ ਇਹੋ ਜਿਹੀ ਪੈ ਗਈ ਅਤੇ ਉਹਨਾਂ ਨੂੰ ਵੇਚਣੀ ਪਈ, ਉਹਦੇ ਝੋਟੀ ਦੇ ਇਹੋ ਜਿਹੀ ਚੰਗੀ ਉਂਗਲ ਉਂਗਲ ਵਰਗੀ ਟਿੱਪਣ ਧਾਰ ਆਉਂਦੀ ਆ। ਠੀਕ ਆ ਬਾਕੀ ਬਾਕੀ ਬਹੁਤ ਹੀ ਕੱਟੀ ਚੰਗੀ। ਲਓ ਦੋਸਤੋ ਜਿਹੋ ਜਿਹਾ ਪਸ਼ੂ ਉਹੋ ਜਿਹਾ ਪੈਸਾ ਆਪਾਂ ਨੂੰ ਖਰਚ ਕਰਨਾ ਪੈਂਦਾ, ਇੱਕ ਆਪਾਂ ਹਰ ਵਾਰੀ ਕਹਿੰਦੇ ਹਾਂ ਸਾਰੇ ਵੀਰਾਂ ਨੂੰ, ਪਰ ਇੱਥੇ ਆਣ ਕੇ ਤੁਸੀਂ ਵੇਖ ਕੇ ਕੁਝ ਵੀਰ ਛੱਡ ਕੇ ਨਹੀਂ ਜਾਂਦਾ ਵਾਪਸ, ਬਾਕੀ ਥੋੜ੍ਹੀ ਬਾਤੀ ਤੈਅ ਉੱਤੇ ਹੇਠਾਂ ਹੋ ਜੂਗਾ ਗੱਲਬਾਤ, ਉਹ ਤੁਸੀਂ ਬਿਠਾ ਲਿਓ ਜਿੱਥੇ ਵੀ ਕਿਸੇ ਵੀਰ ਦੀ ਬਹਿੰਦੀ ਹੋਈ। ਇਹ 3 ਪਸ਼ੂ ਸੀ ਅੱਜ ਵੀਰ ਸੋਨੂੰ ਆਪਣੇ ਕੋਲ। ਹਾਂਜੀ ਹਾਂਜੀ ਸਰ ਜੀ, ਅਤੇ ਨੰਬਰ ਬੋਲ ਦਈਏ ਆਪਣੇ ਜੀ, ਨੰਬਰ ਬੋਲੋ ਆਪਣਾ 9872-64073। ਠੀਕ ਹੈ ਜੀ, ਹਾਂਜੀ, ਅਤੇ ਇੱਕੋ ਨੰਬਰ ਹੀ ਚੱਲਦਾ ਆਪਣੇ ਕੋਲ? ਹਾਂਜੀ ਇਹੋ ਭਾਅ ਜੀ। ਠੀਕ ਹੈ ਜੀ, ਲਓ ਵੀ ਦੋਸਤੋ ਪਸ਼ੂ ਇਸ ਘਰ ਆਉਂਦੇ ਰਹਿੰਦੇ ਆ ਸਮੇਂ ਸਮੇਂ ਨਾਲ, ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੀ। ਅੱਜ 3 ਤੁਹਾਨੂੰ ਝੋਟੀਆਂ ਦਿਖਾਉਣੀਆਂ ਸੀ, 2 ਗੱਬਣ ਆ ਪੂਰੀ ਤਿਆਰੀ 'ਤੇ, ਇੱਕ 8-7 ਦਿਨ ਖੜਦੀ ਆ ਜੀ। ਸੋ ਇੱਕ ਝੋਟੀ ਸੂਈ ਸਵਾਈ ਹੈ, ਇਹਦੀ ਚਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਦਿਖਾ ਦਈ ਆ, ਤੁਹਾਨੂੰ ਬਾਲ ਦੀ ਪਸੰਦ ਆਊਗੀ ਦੋਸਤੋ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸੰਧੂ ਸਾਹਿਬ ਜਿਹੜੀ